ਸੱਤਰੀਏ ਕਾਲਜੀ ਅੱਜ ਦੀ ਕਹਾਣੀ ਸ਼ਿਵਚਰਨ ਜੱਗੀ ਜੀ ਵੱਲੋਂ ਲਿਖੀ ਗਈ ਆ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਵੇਗੀ ਸ਼ਾਮ ਦਾ ਵੇਲਾ ਸੀ ਸਰਦੀਆਂ ਦਾ ਸੂਰਜ ਡੁੱਬਣ ਤੇ ਖੜਿਆ ਸੀ ਹੱਥ ਵਿੱਚ ਫਟੇ ਪੁਰਾਣੇ ਰੁਮਾਲ ਵਿੱਚ ਕੁਝ ਰੁਪਏ ਘੁੱਟੇ ਤਪਕਾਰ ਪਿੰਡ ਵਾਲੀ ਸੜਕ ਤੇ ਘੋਰ ਉਦਾਸ ਤੁਰੀ ਜਾ ਰਹੀ ਸੀ ਉਸ ਦੀਆਂ ਜੋਤਹੀਣ ਅੱਖਾਂ ਵਿੱਚੋਂ ਬੇਕਦਰੇ ਹੰਝੂ ਵਗ ਕੇ ਸੁੱਕ ਚੁਕੇ ਸਨ ਅੱਜ ਪਤਾ ਨਹੀਂ ਕਿੰਨੀ ਵਾਰ ਰੋਈ ਸੀ ਉਹ ਹੁਣ ਵੀ ਉਹਦੇ ਮਨ ਵਿੱਚ ਕੋਈ ਮਿਰਲਾਪ ਚੱਲ ਰਿਹਾ ਸੀ ਪਰ ਉਸ ਨੂੰ ਸੁਣਨ ਵਾਲਾ ਕੋਈ ਨਹੀਂ ਸੀ ਆਥੜੇ ਪਿੰਡੋਂ ਕੋਈ ਬੱਸ ਨਹੀਂ ਸੀ ਜਾਂਦੀ ਇਸ ਲਈ ਉਹ ਅਗਲੇ ਪਿੰਡ ਦੇ ਬੱਸ ਅੱਡੇ ਨੂੰ ਤੁਰ ਪਈ ਐਦੋ ਤਾਂ ਮੈਨੂੰ ਦਿਨ ਦਾ ਹੀ ਨਾ ਆ ਦਿਨ ਤਨ ਦੇਖਣੇ ਪੈਂਦੇ ਉਹਨੇ ਮੂੰਹ ਉੱਪਰ ਨੂੰ ਚੁੱਕ ਕੇ ਪਤਾ ਨਹੀਂ ਕਿਸ ਨੂੰ ਲਾਂਭਾ ਦਿੱਤਾ ਸੀ ਉਹਦਾ ਦੁਬਾਰਾ ਰੋਣ ਨਿਕਲ ਗਿਆ ਪਰ ਆਸਾ-ਪਾਸਾ ਦੇਖ ਕੇ ਉਸਨੇ ਆਪਣੇ ਹੰਝੂ ਅਦੋ ਰਾਣੀ ਚੁੰਨੀ ਵਿੱਚੋਂ ਬੋਝ ਲਏ ਭੈੜੇ ਜਮਾਨੇ ਤੋਂ ਵੀ ਤੇ ਉਹ ਡਰਦੀ ਸੀ ਬਹੁਤਾ ਡਰਤਾ ਉਸ ਨੂੰ ਸ਼ਰੀਕਾਂ ਦੇ ਤਾਨਿਆਂ ਦਾ ਸੀ ਜਿਨ੍ਹਾਂ ਦੇ ਮੂੰਹ ਵਿੱਚ ਕੈਂਚੀਆਂ ਚੱਲਦੀਆਂ ਤੇ ਬੋਲ ਉਸ ਤਰ੍ਹਾਂ ਵਰਗੇ ਸੀ ਇਸ ਬੇਰਹਿਮ ਤੇ ਬੇਇਮਾਨ ਦੁਨੀਆ ਤੋਂ ਆਪ ਦਾ ਨੰਗ ਆਪ ਟਕਣਾ ਪੈਂਦਾ ਤਪੋ ਏਨੀ ਟਿਕਣਦੰਦੀ ਕਿਸੇ ਨੂੰ ਇਸ ਨੂੰ ਮਾਂ ਦੇ ਕਹੇ ਬੋਲ ਯਾਦ ਆਏ ਜੋ ਕਈ ਵਾਰੇ ਪਹਿਲੇ ਰੱਬ ਦੇ ਚਰਨਾਂ ਵਿੱਚ ਜਾ ਬਿਰਾਜੀ ਸੀ ਮਾਂ ਨੂੰ ਯਾਦ ਕਰਕੇ ਉਸ ਦਾ ਮਨ ਫੇਰ ਪਰ ਆਇਆ ਚੱਲਣੇ ਤਾਈ ਪਿੰਡ ਦੇ ਕਿਸੇ ਮੁੰਡੇ ਨੇ ਜੀਪ ਬਰਾਬਰ ਰੋਕ ਕੇ ਪੁੱਛਿਆ ਤਪਕੌਰ ਦੀ ਸੋਚ ਟੁੱਟੀ ਤੇ ਉਹ ਚੁੱਪਚਾਪ ਜੀਪ ਵਿੱਚ ਚੜ ਗਈ ਤਾਈ ਕਿੱਧਰ ਨੂੰ ਜੀਦਰ ਨੂੰ ਰੱਬ ਲੈ ਜਾ ਪੁੱਤ ਤਾਪਕੌਰ ਬੋਲੀ ਟੁੱਟੇ ਪੱਤਿਆਂ ਦਾ ਕੋਈ ਟਿਕਾਣਾ ਥੋੜੇ ਹੁੰਦਾ ਦੀਵੇ ਦੀ ਲਾਟ ਤਾਂ ਹਵਾ ਦੇ ਰਹਿਮਤੀ ਜਗਦੀ ਹੈ ਉਸ ਦੇ ਮਨ ਨੇ ਕੀਰਨਾ ਪਾਇਆ ਇੰਨੀ ਕੁ ਵੇਲੇ ਸੁਖਿਆ ਦਾਈ ਮੁੰਡੇ ਨੇ ਸਵਾਲ ਕੀਤਾ ਤਾਪਕੌਰ ਚੁੱਪ ਰਹੀ ਪਰ ਮਨ ਉਸ ਦਾ ਫੇਰ ਭਰ ਆਇਆ ਜੀਪ ਵਾਲਾ ਮੁੰਡਾ ਵੀ ਚੁੱਪ ਕਰ ਗਿਆ ਖੇਤਾਂ ਵਿੱਚ ਦੂਰ ਦੂਰ ਤੱਕ ਹਰਿਆਲੀ ਪਸਰੀ ਹੋਈ ਸੀ। ਛੁੱਪਦੇ ਸੂਰਜ ਦੀ ਲਾਲੀ ਫਸਲਾਂ ਨੂੰ ਸੁਹਾ ਜੋਬਨ ਚਾੜ ਰਹੀ ਸੀ। ਪਰ ਤਪਕੌਰ ਦੇ ਮਨ ਵਿੱਚ ਹਨੇਰਾ ਛਾਇਆ ਹੋਇਆ ਸੀ। ਮੋਗਾ ਬਰਨਾਲੇ ਵਾਲੀ ਮੁੱਖ ਸੜਕ ਤੇ ਚੜ ਕੇ ਮੁੰਡੇ ਨੇ ਜੀਪ ਬੱਸ Ạਡੇ ਤੇ ਰੋਕੀ। ਇੱਥੋਂ ਹੀ ਬੱਸ ਫੜਨੀ ਹੈ ਤਾਈ। ਆਹੋ ਪੁੱਤ ਜਿਉਂਦਾ ਵਸਦਾ ਰਹਿ ਜਿਉਂਨ ਜੋ ਕਰਿਆ। ਜੀਪ ਚੋਂ ਉਤਰ ਕੇ ਉਸ ਨੇ ਸੜਕ ਤੇ ਨਜ਼ਰ ਮਾਰੀ। ਦੂਰ ਮੋੜ ਤੇ ਬੱਸ ਆ ਰਹੀ ਸੀ ਬੈਠੀਆਂ ਸਵਾਰੀਆਂ ਬੱਸ ਨੂੰ ਦੇਖ ਕੇ ਉੱਠ ਖੜੀਆਂ ਰਾਹ ਦੀ ਕੋਈ ਸਵਾਰੀ ਨਾ ਹੋਵੇ ਭਾਈ ਬੱਸ ਬਦਣੀ ਤੋਂ ਔਰੇ ਨਹੀਂ ਰੁਕਣੀ ਰੁਕਦੀ ਬੱਸ ਚੋਂ ਉਤਰਦਾ ਕੰਡਕਟਰ ਬੋਲਿਆ ਮੂੰਹ ਵਿੱਚ ਉਸਨੇ ਵਿਸਲ ਤੁੰਨੀ ਹੋਈ ਸੀ ਬੁੱਟਰ ਤਾਂ ਰੋਕੇਗਾ ਨਾ ਪੁੱਤ ਤੱਪ ਕਰਨੇ ਪੁੱਛਿਆ ਬੁੱਟਰ ਰੁਕੂਗੀ ਮਾਈ ਜਲਦੀ ਚੜ ਟਾਈਮ ਨਾ ਖਰਾਬ ਕਰ ਸਾਡੇ ਮਗਰ ਇੱਕ ਹੋਰ ਬੱਸ ਆਵਰ ਮੰਗੂ ਚੜੀ ਆਉਂਦੀ ਐ ਕਿਤੇ ਸਵਾਰੀਆਂ ਨਾ ਚੱਕ ਲੈ ਸਾਡੀਆਂ ਤਾਪਕੌਰ ਤੁਰਲੀ ਜੀ ਮਾਰ ਕੇ ਚੜ ਗਈ ਤੇ ਬੱਸ ਦੁਰ ਪਈ ਦੇਖ ਕਿਵੇਂ ਅੱਗ ਲੱਗੀ ਐ ਮਨੋ ਦੇ ਜਾਣਿਆਂ ਨੂੰ ਬਰਾਬਰ ਦੀ ਸੀਟ ਤੇ ਬੈਠੀ ਕਿਸੇ ਬੇਬੇ ਨੇ ਬੂਹ ਪਾਰਿਆ ਕੀਤੀ ਉਹਦਾ ਸੇਰਾ ਅਗਲੀ ਸੀਟ ਦੇ ਡੰਡਿਆਂ ਤੇ ਜਾ ਵਜਿਆ ਸੀ ਬਈ ਤੁਸੀਂ ਹੌਲੀ ਤੁਰਪੋ ਅੱਗੇ ਜਾ ਕੇ ਦੱਸੋ ਕਿ ਦੁਸਹਿਰੇ ਦਾ ਰਾਵਣ ਸਾੜਨਾ ਐ ਤੁਸੀਂ ਬੇਬੇ ਬੁੜਬੁੜ ਕਰੀ ਜਾ ਰਹੀ ਸੀ ਜੇ ਸ਼ਰੀਰ ਨਹੀਂ ਸਾਥ ਦੰਦਾ ਤੱਕਰੇ ਬੈਠਿਆ ਕਰ ਬੇਬੇ ਕਾਹ ਨੂੰ ਆਪਦੀ ਬਿਆਰਨ ਬਣਦੀ ਆ ਕੰਡਕਟਰ ਨੇ ਟਾਂਚ ਕੀਤੀ ਵੇ ਤੂੰ ਮੈ ਤੋਂ ਖੌਂਸੜੇ ਨਾ ਖਾ ਲਈ ਜਾਣਦਿਆਂ ਨੂੰ ਰੋਣਾ ਬੱਸ ਨੇ ਪੂਰੀ ਰਫਤਾਰ ਫੜ ਲਈ ਸੀ ਸੀਟ ਤੇ ਬੈਠੀ ਤਪਕੌਰ ਅਚੰਚਿਤ ਆਪਣੇ ਅਤੀਤ ਨਾਲ ਜਾ ਜੁੜੀ ਅੱਜ ਕੱਲ ਦੀ ਗੱਲ ਸੀ ਜਦ ਤਪਕੌਰ ਦੀ ਡੋਲੀ ਤੁਰੀ ਸੀ ਚਾਹੇ ਤਪਕੌਰ ਦੇ ਮਾਪੇ ਗਰੀਬ ਹੀ ਸਨ ਪਰ ਮਨ ਦੀਆਂ ਇੱਛਾਵਾਂ ਨੂੰ ਕੌਣ ਠੱਲ ਸਕਿਆ ਮਨ ਵਿੱਚ ਸੁਪਨੇ ਆਰਮਾਨਾਂ ਤੇ ਸਦਰਾਂ ਦੀ ਪਟੋਲੀ ਹਿੱਕ ਨਾਲ ਘੁੱਟੀ ਤਾਪਕੌਰ ਸੋਹਰੇ ਆ ਗਈ ਸੀ ਤਾਪਕੌਰ ਦਾ ਘਰ ਵਾਲਾ ਸੰਤ ਸਿੰਘ ਵਾਕਿਆ ਹੀ ਸੰਤ ਬੰਦਾ ਸੀ ਨਾ ਕਿਸੇ ਦੀ ਚੰਗੀ ਤੇ ਨਾ ਕਿਸੇ ਦੀ ਮਾੜੀ ਰੱਬ ਦੀ ਰਜਾ ਵਿੱਚ ਵਿਚਰਨ ਵਾਲਾ ਫਕੀਰ ਬਿਰਤੀ ਦਾ ਸਾਧੂ ਬੰਦਾ ਮੇਰੇ ਸਿਰ 'ਚ ਚਾਹੇ ਗਲੀਆਂ ਕਰੀ ਜਾਏ ਕੋਈ ਪਰਵਾਹ ਨਹੀਂ ਚੀੜੀਆਂ ਦਾ ਦੁੱਧ ਮੰਗੇਗੀ ਉਹ ਵੀ ਪੈਦਾ ਕਰਕੇ ਦੇਊਗਾ ਪਰ ਸ਼੍ਰੀਕੇ ਕਬਿੱਲੇ 'ਚ ਮੈਨੂੰ ਕੋਈ ਉਲਾਂਬਾ ਖੱਟ ਕੇ ਨਾ ਦੇਈ ਤੇਰੇ ਚਰਨਾ 'ਚ ਮੇਰੀ ਆਹੀ ਬੇਨਤੀ ਆ ਪਹਿਲੀ ਰਾਤ ਉਸਨੇ ਇੱਕੋ ਇੱਕ ਗੱਲ ਤਪਕੌਰ ਨੂੰ ਆਖੀ ਸੀ ਤਪਕੌਰ ਚੁੱਪ ਰਹੀ ਪਰ ਭੋਲੇ ਭਾਲੇ ਪਤੀ ਦੇਵ ਤੋਂ ਉਹ ਜਾਨ ਨਿਚਾਵਰ ਕਰਨ ਵਾਲੀ ਹੋਗੀ ਸੀ ਆਪਣਾ ਸੰਤ ਤਾਂ ਇਹਨੂੰ ਡੱਕਾ ਨਹੀਂ ਆਖਦਾ ਪੂਜ ਪੂਜੀ ਕਰੀ ਰਹਿੰਦਾ ਹੈ ਇੱਕ ਕੜ ਤਾਂ ਇਹ ਸਿਰ ਚੜਜੂ ਇੱਕ ਦਿਨ ਕੁਪੱਤੀ ਸੱਸ ਨੇ ਆਪਣੇ ਛੜੇ ਪੁੱਤ ਤੱਤੂ ਨੂੰ ਗੁੱਜਾ ਕੰਨ ਵਿੱਚ ਆਖਿਆ ਸਿਰ ਕਿਵੇਂ ਚੜਜੂ ਬੇਬੇ ਸਿਰ ਚੜੀ ਸਾਨੂੰ ਲਾਉਣੀ ਆਉਂਦੀ ਆ ਅਸੀਂ ਕਿਕਰ ਤੇ ਕਾਟੋ ਲਾ ਲਈਏ ਇਹ ਚਮਚੜਿਕ ਦੀ ਚੀਜੀ ਕੀ ਐ ਤੂੰ ਚੋਰਾ ਨਾ ਕਰਿਆ ਕਰ ਜੇ ਚਿਰ ਫਿਰ ਕਰੇ ਤਾਂ ਦੱਸੀ ਇਹਨੂੰ ਤਾਂ ਪੈਰ ਥੱਲੇ ਮਸਲ ਦੇਾਂਗੇ ਤੱਤੂ ਨੂੰ ਤਾਂ ਤਪਕੌਰ ਤੇ ਪਹਿਲਾਂ ਹੀ ਰੰਜ ਸੀ ਤਤੂ ਜਮੰਦਰੂ ਛੜਾ ਸੀ ਇੱਕ ਲੱਤ ਵਿੱਚ ਵੱਜ ਤੇ ਅੱਖਾਂ ਵਿੱਚ ਭੈੰਗ ਹੋਣ ਕਾਰਨ ਕਿਸੇ ਨੇ ਰਿਸ਼ਤਾ ਕਰਾਉਣ ਵਾਲੇ ਨੇ ਲੱਤ ਨਾ ਲਾਈ ਤੇ ਸਰੀਰ ਦੇ ਢਾਂਚੇ ਦੀਆਂ ਜਰਵਾਂ ਤਕਸੀਮਾਂ ਵਿੱਚ ਤਤੂ ਛੜਾ ਹੀ ਰਹਿ ਗਿਆ ਸਾਰੀ ਦਿਹਾੜੀ ਵੇਲਾ ਉਹ ਲੋਕਾਂ ਦੀਆਂ ਕੰਧਾਂ ਕੋਲਿਆਂ ਵਿੱਚ ਵੱਜਦਾ ਫਿਰਦਾ ਰਹਿੰਦਾ ਹੁਣ ਜਦੋਂ ਦਾ ਉਹਦਾ ਛੋਟਾ ਭਰਾ ਸੰਤ ਵਿਆਹਿਆ ਗਿਆ ਸੀ ਤਾਂ ਉਸਨੇ ਵਿਆਦੀ ਰਿੰਦੀ ਆਸ ਦੇ ਡੱਕੇ ਵੀ ਪੰਨ ਦਿੱਤੇ ਸੀ ਦੋ ਕੋ ਦਿਨ ਉਸਨੇ ਤਪਕੌਰ ਨੂੰ ਬੜੇ ਚਾ ਨਾਲ ਸਤਿਸ਼੍ਰੀ ਅਕਾਲ ਬੁਲਾਈ ਪਰ ਜਦ ਤਪਕੌਰ ਸਤਿਸ਼੍ਰੀ ਅਕਾਲ ਤੋਂ ਅੱਗੇ ਨਾ ਵਧੀ ਤਾਂ ਤਤੂ ਨੇ ਤਪਕੌਰ ਨਾਲ ਖਾਰ ਖਾਣੀ ਤੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਕੰਜਰ ਦੀ ਅੱਖੀ ਨਹੀਂ ਮਲਾਉਂਦੀ ਤਤੂ ਮਨ ਵਿੱਚ ਖਿੜਦਾ ਤੇ ਕੁੜਦਾ ਰਹਿੰਦਾ ਤਪਕੌਰ ਨੂੰ ਉਮੀਦਵਾਰੀ ਹੋਈ ਤਾਂ ਖਬਰ ਮਿਲਣ ਤੇ ਉਹਦਾ ਬਾਪ ਤਪਕੌਰ ਨੂੰ ਲੈਣ ਆ ਗਿਆ ਅਸੀਂ ਨਹੀਂ ਤੋੜਨੀ ਚਾਹ ਦਸਿਆ ਸਾਡਾ ਤਾਂ ਭਾਈ ਆਪ ਨਹੀਂ ਕੰਮ ਸਰਦਾ ਖਰੂੰਦੀ ਸੱਸ ਨੇ ਚਿੱਟਾ ਹੀ ਜਵਾਬ ਦੇ ਦਿੱਤਾ ਚਿੱਤ ਕੁਰੇ ਕੁੜੀ ਦਾ ਪੈਰ ਭਾਰ ਹੈ ਰੀਤਾ ਰਵਾਇਤਾ ਮੁਤਾਬਕ ਕੁੜੀ ਦਾ ਪਹਿਲਾ ਜਣੇਪਾ ਤਾਂ ਪੇਕੇ ਹੋਣਾ ਚਾਹੀਦਾ ਤੂੰ ਤਾਂ ਆਪਸੇ ਆਣੀ ਆ ਜੇ ਪਤਾ ਹੁੰਦਾ ਤੁਸੀਂ ਨਹੀਂ ਤੋਰਨੀ ਤਾਂ ਕੁੜੀ ਦੀ ਬੇਬੇ ਨੂੰ ਨਿੱਕ ਸੁਕਰ ਲਾ ਕੇ ਭੇਜ ਦਿੰਦੀ ਮੈਂ ਇੱਕਾਰ ਹੀ ਕਹਤਾ ਭਈ ਅਸੀਂ ਨਹੀਂ ਤੋਰਨੀ ਜਿਹੜਾ ਨਿੱਕ ਸੁਕਰ ਲਾ ਕੇ ਦੇਣਾ ਫਿਰ ਦੇ ਜਾਈ ਤੂੰ ਕਿਹੜਾ ਸਿੰਗਾਪੂਰੋਂ ਆਣਾ ਚੁੱਲ੍ਹੇ ਦੇ ਵੱਟੇ ਤਾਂ ਤੂੰ ਬੈਠਾ ਉਸਨੇ ਬੜੇ ਰੁੱਖੀ ਅੰਦਾਜ਼ ਵਿੱਚ ਕਿਹਾ ਢੇਰੀ ਜੀ ਟਾ ਕੇ ਤਪਕੌਰ ਦਾ ਬਾਪ ਵਾਪਸ ਮੁੜ ਗਿਆ ਜੇ ਸਾਡੇ ਨਾਲ ਬਣਾ ਕੇ ਰੱਖਦੀ ਆਹ ਦੁਰਗਤੀਆਂ ਨਾ ਹੁੰਦੀਆਂ ਤਾਂ ਤੁਨੇ ਤਪਕੌਰ ਨੂੰ ਗੱਲ ਰੜਕਾਈ ਪਰ ਤਪਕੌਰ ਦੇ ਕੰਨ ਲਪੇਟ ਕੇ ਅੰਦਰ ਵੜ ਗਈ ਕੁਝ ਨਾ ਬੋਲੀ ਉਹ ਤਾਂ ਤੂੰ ਨੂੰ ਮੱਥੇ ਵੀ ਨਹੀਂ ਸੀ ਲਾਉਣਾ ਚਾਹੁੰਦੀ ਉਸਰਾ ਤਪਕੋਰ ਰੱਜ ਗਈ ਰੋਈ ਐਨੀ ਤਾਂ ਸ਼ਾਇਦ ਜ਼ਿੰਦਗੀ ਵਿੱਚ ਪਹਿਲੀ ਵਾਰ ਰੋਈ ਸੀ ਅਜੇ ਵੀ ਮੌਕਾ ਹੈ ਛੱਡ ਦੇ ਹਿੰਡ ਸੌਖੀ ਰਹੇਗੀ ਮੈਨੂੰ ਕੋਈ ਕੋੜ ਨਹੀਂ ਹੋਇਆ ਤਦ ਤੂ ਦੀ ਮਾਰੂ ਨੀਅਤ ਉਸ ਨੂੰ ਸ਼ਿਕਾਰ ਵਾਂਗ ਤਾੜ ਰਹੀ ਸੀ ਤਪਕੋਰ ਨੇ ਵੀ ਆਪਣੀ ਫौलाਦੀ ਚੁੱਪ ਨਾ ਤੋੜੀ ਤੇਰੇ ਗਲ ਚੋਂ ਵੀ ਨਖਰੇ ਵਾਲਾ ਕਿਲਾ ਕੱਢਣਾ ਪੈਣਾ ਹੈ ਲਤਨ ਦੇ ਭੂਤ ਬਾਤਾਂ ਨਾਲ ਕਉ ਨੂੰ ਮੰਨਦੇ ਆ ਤਤੂ ਦੀਆਂ ਅੱਖਾਂ ਦਾ ਭੈਂਗ ਡੁਬਕੀਆਂ ਲਾਉਣ ਲੱਗ ਪਿਆ ਤਪਕਰ ਅੰਦਰ ਵੜ ਗਈ ਉਸਨੇ ਫਿਰ ਮੂੰਹ ਨਾ ਖੋਲਿਆ ਤਪਕਰ ਦੇ ਦਿਨ ਪੂਰੇ ਹੋਏ ਸਵੇਰ ਦੀ ਉਸੁੰਡੀ ਵਾਂਗ ਤੜਪੀ ਜਾ ਰਹੀ ਸੀ ਮਾਂ ਦੇ ਕਹਿਣ ਤੇ ਸੰਤ ਸਿੰਘ ਪਿੰਡ ਦੀ ਦਾਈ ਨੂੰ ਬੁਲਾ ਲਿਆ ਦਾਈ ਨੇ ਆ ਕੇ ਸਰੋਂ ਦੇ ਤੇਲ ਨਾਲ ਪੇਟ ਮਲਿਆ ਸੰਤ ਤੇ ਤਤੂ ਹੋਰੀ ਵੀ ਸਾਰੇ ਮੇਰੇ ਹੱਥੋਂ ਜੰਮਿਆ ਪੁੱਤ ਪੇਟ ਮਲਦੀ ਭੋਲੀ ਭਾਲੀ ਦਾਈ ਤਪਕਰ ਨੂੰ ਆਖ ਰਹੀ ਸੀ ਇਨੂੰ ਪੇਕੀ ਗਿਉਨਾ ਭੇਜਿਆ ਚੇ ਤੋਂ ਦਾਈ ਨੇ ਤਪ ਕਰਦੀ ਸੱਸ ਨੂੰ ਸਵਾਲ ਕੀਤਾ ਪਹਿਲਾਂ ਜਣੀਪਾ ਦਾ ਭੇਨੇ ਪੇਕੀ ਹੁੰਦਾ ਹੈ ਪੇਕੇ ਤੋਂ ਕੋਈ ਲੈਣ ਹੀ ਨਹੀਂ ਆਇਆ ਮੈਂ ਕਿਹੜੇ ਖੂਚ ਝਾਲ ਮਾਰਦੀ ਸੱਸ ਨੇ ਠੋਣਾ ਪੇਕਿਆਂ ਦੇ ਸਿਰ ਭੰਨਤਾ ਉਹ ਅੱਖੀਆਂ ਵਾਂਗ ਬੋਲਦੀ ਸੀ ਦਾਈ ਚੁੱਪ ਹੋ ਗਈ ਸੱਸ ਦੀ ਨਿਰੋਲ ਝੁੱਠੀ ਗੱਲ ਤਪ ਕਰਦਾ ਸੀ ਨਾ ਦੋ ਫਾੜ ਕਰ ਗਈ ਉਹ ਜਨੇਪਾ ਪੀੜਾਂ ਦੇ ਪੰਜ ਬੁੱਕੋ ਬੁੱਕ ਅਥਰੂ ਘੇਰ ਰਹੀ ਸੀ ਜਦ ਸੂਰਜ ਛੁਪਿਆ ਤਾਂ ਜੰਮਣ ਪੀੜਾਂ ਨੇ ਤਪਕੌਰ ਦੇ ਅੰਦਰ ਜਵਾਲਾਮੁਖੀ ਮਚਾ ਦਿੱਤਾ ਅੰਤਰ ਦਰਦਾਂ ਦਾ ਲਾਵਾ ਮਚਿਆ ਤਾਂ ਉਹਦੀਆਂ ਚੀਕਾਂ ਨੇ ਕੰਧਾਂ ਕੰਬੜ ਲਾ ਦਿੱਤੀਆਂ ਬਾਹਰ ਬੈਠਾ ਤਤੂ ਉਹਦੀਆਂ ਚੀਕਾਂ ਸੁਣ ਕੇ ਬਾਗੋ-ਬਾਗ ਹੋਈ ਜਾ ਰਿਹਾ ਸੀ ਸੰਤ ਸਿੰਘ ਹੱਥ ਜੋੜੀ ਤੇ ਅੱਖਾਂ ਮਿੱਟੀ ਬੈਠਾ ਸੀ ਚੇਤ cure ਡਾਕਟਰ ਨੂੰ ਬੁਲਾਓ ਟੀਕਾ ਲਾ ਕੇ ਜਵਾਗ ਛੇਤੀ ਹੋ ਜੂ ਦਾਈ ਨੇ ਸੱਸ ਨੂੰ ਕਿਹਾ ਸੱਸ ਤੱਤੂ ਹੋਰਾਂ ਕੋਲ ਬੈਠਕ ਵਿੱਚ ਆ ਗਈ ਜਾ ਵੇ ਤੱਤੂ ਡਾਕਟਰ ਨੂੰ ਬੁਲਾ ਕੇ ਲਿਆਇਆ ਚੇਤਕਾਰ ਨੇ ਕਿਹਾ ਤਾਂ ਸੰਤ ਸਿੰਘ ਉੱਠ ਖੜਿਆ ਮੈਂ ਜਾਣਾ ਬੇਬੇ ਬਾਈ ਨੂੰ ਬੈਠਾ ਰਹਿਣ ਦੇ ਸੰਤ ਨੇ ਤੱਤੂ ਦੀ ਲੰਗੜੀ ਲੱਤ ਦਾ ਖਿਆਲ ਕਰਕੇ ਕਿਹਾ ਤੂੰ ਰਹਿਣ ਦੇ ਸੰਤ ਮੈਂ ਜਾਣਾ ਤੱਤੂ ਬਾਹਰ ਨਿਕਲ ਗਿਆ ਉਹ ਨਵੇਂ ਦੁੱਧ ਹੋਣ ਵਾਲੀ ਮੱਝ ਵਾਂਗ ਲੰਗੜੀ ਲੱਤ ਘਮਾਉਂਦਾ ਜਾ ਰਿਹਾ ਸੀ ਨਾ ਤਾਂ ਉਸਨੇ ਡਾਕਟਰ ਦੇ ਜਾਣਾ ਸੀ ਤੇ ਨਾ ਹੀ ਗਿਆ ਉਹ ਦੇਸੀ दारू ਦੀ ਬੋਤਲ ਖਰੀਦ ਕੇ ਆ ਗਿਆ ਡਾਕਟਰ ਦੀ ਤਾਂ ਮਾਸੀ ਮਰ ਗਈ ਬੇਬੇ ਮਕਾਨ ਗਿਆ ਹੋਇਆ ਉਸਨੇ ਦੱਸਿਆ ਤਪਕੌਰ ਦਾ ਬੁਰਾ ਹਾਲ ਸੀ ਉਹਦਾ ਜਿਵੇਂ ਦੂਸਰਾ ਜਨਮ ਹੋ ਰਿਹਾ ਸੀ ਇਹ ਹੋਂਦਾ ਚੇਤ ਗੁਰੇ ਬਹੁ ਦੀ ਜਾਨ ਨੂੰ ਖਤਰਾ ਹੋ ਜੂ ਇਹਨੂੰ ਸ਼ਹਿਰ ਲੈ ਜਾਓ ਦਾਈ ਨੇ ਹਮਦਰਦੀ ਪ੍ਰਗਟਾਈ ਕਰਦੀ ਆ ਮੈਂ ਗੱਲ ਧਤੂ ਨਾਲ ਸੇਤਕੌਰ ਬਾਹਰ ਨਿਕਲ ਗਈ ਤਾਂ ਤੂੰ ਚਾਰ ਪੈਗ ਲਾ ਕੇ ਰਾਠ ਬਣਿਆ ਬੈਠਿਆ ਸੀ ਭਾਗੋ ਦਾ ਕਹਿੰਦੀ ਇਹਨੂੰ ਸ਼ਹਿਰ ਲੈ ਜਾ ਉਹਨੇ ਤਿਰਛੀ ਨਜ਼ਰ ਨਾਲ ਤੱਤੂ ਵੱਲ ਦੇਖਿਆ ਸ਼ਹਿਰ ਲੈ ਜਾਣ ਵਾਸਤੇ ਤਾਂ ਟਰਾਲੀ ਜਾਂ ਕਾਰ ਦਾ ਟਾਂਸ ਕਰਨਾ ਪਊ ਬੇਬੇ ਮੈਂ ਡਾਕਟਰ ਵੱਲ ਫੇਰ ਗੇੜਾ ਮਾਰਦਾ ਮਕਾਨ ਗਿਆ ਉੱਥੇ ਬੈਠਾ ਥੋੜੀ ਰਹੂ ਕੀ ਐ ਮੁੜੇ ਆਏ ਹੋਵੇ ਤੱਤੂ ਨੇ ਕਿਹਾ ਨਾਲੇ ਸੰਤ ਉਦੋਂ ਤਾਂ ਪਾਠ ਕਰੀ ਜਾਂਦਾ ਹੈ ਇਹਦਾ ਬਾਬਾ ਵੀ ਕੋਈ ਨਾ ਕੋਈ ਰੰਗ ਦਿਖਾਉ ਉਸਨੇ ਕੋੜਾ ਜਿਹਾ ਹੱਸ ਕੇ ਸੰਤ ਤੇ ਵਿਅੰਗ ਕਸਿਆ ਪਰ ਸੰਤ ਕੁਝ ਨਾ ਬੋਲਿਆ ਤਤੂ ਨੇ ਤੂੜੀ ਵਾਲੇ ਅੰਦਰ ਵੜ ਕੇ ਇੱਕ ਪੈਗ ਹੋਰ ਅੰਦਰ ਸਿੱਟਿਆ ਤੇ ਖੰਗੂਰਾ ਮਾਰ ਕੇ ਬਾਹਰ ਨੂੰ ਨਿਕਲ ਗਿਆ ਰਾਤ ਅੱਧੀ ਹੋ ਚੁੱਕੀ ਸੀ ਠੀਕ ਠੀਕ ਕੇ ਤਪਕੌਰ ਦਾ ਗਲਾ ਖੰਘਿਆ ਪਿਆ ਸੀ ਉਸਨੇ ਅੰਦਰੋਂ ਆਵਾਜ਼ਾਂ ਨਹੀਂ ਸੀ ਨਿਕਲ ਰਹੀਆਂ ਅੱਧੀ ਰਾਤ ਤੋਂ ਬਾਅਦ ਤਤੂ ਡਾਕਟਰ ਨੂੰ ਲੈ ਕੇ ਆਇਆ ਅਜਿਉਂ ਦਰਵਾਜ਼ੇ ਅੰਦਰ ਦਾਖਲ ਹੋਈ ਸੀ ਕਿ ਤਪਕੌਰ ਦੀ ਜਾਨ ਛੁੱਟ ਗਈ ਬੱਚਾ ਹੋ ਗਿਆ ਪਰ ਦਾਈ ਹੈਰਾਨ ਸੀ ਕਿ ਬੱਚਾ ਰੋਇਆ ਨਹੀਂ ਉਸਨੇ ਬੱਚੇ ਦੇ 2-3 ਥਪੇੜੇ ਮਾਰੇ ਪਰ ਬੱਚਾ ਨਾ ਰੋਇਆ ਦਾਈ ਨੇ ਬੱਚਾ ਚੁੱਕਿਆ ਤੇ ਲੈਂਪ ਦੇ ਕੋਲ ਲੈ ਆਈ ਬੱਚਾ ਪੀਲਾ ਜ਼ਰਦ ਸੀ ਸੱਸ ਵੀ ਭੱਜ ਕੇ ਲੈਂਪ ਕੋਲ ਆਈ ਮਰੀ ਵੀ ਬੱਚੀ ਹੋਈ ਆ ਦਾਈ ਨੇ ਦੁੱਖਜੇ ਨਾਲ ਚੇਤ ਕਰਨ ਨੂੰ ਦੱਸਿਆ ਮਰੀ ਹੋਈ ਬੱਚੀ ਜੰਮੀ ਦੇ ਕੇ ਸੱਸ ਨੇ ਮੂੰਹ ਕੁੱਟ ਲਿਆ ਤਾਂ ਭਕੌਰ ਕਿਸੇ ਚੰਗੀ ਖਬਰ ਦੀ ਆਸ ਵਿੱਚ ਸੀ ਕੰਨੋ ਦੇ ਦਾਈ ਵੱਲ ਲੱਗੇ ਹੋਏ ਸੀ ਜਿਹੋ ਜੀ ਨੀਤ ਸੀ ਇਹੋ ਜੀ ਮੁਰਾਦ ਪਾਤੀ ਕੋ ਲੈਣੀ ਨੇ ਮਰੀ ਵੀ ਕੁੜੀ ਜੰਮ ਕੇ ਸਿੱਟਦੀ ਸੱਸ ਦੇ ਬੋਲਾਂ ਦਾ ਬਾਣ ਉਹਦੇ ਕਾਲਜੇ ਵਿੱਚ ਵੱਜਿਆ ਤੇ ਉਹਦੀ ਧਾ ਨਿਕਲ ਗਈ ਉਸ ਨੇ ਮੂੰਹ ਤੇ ਰਜਾਈ ਲੈ ਲਈ ਜਿਸਮਾਨੀ ਪੀੜਾਂ ਤੋਂ ਕਾਫੀ ਹੱਦ ਤੱਕ ਭੁੱਲ ਗਈ ਸੀ ਡਾਕਟਰ ਨੂੰ ਆਂਖ ਬਹੁ ਨੂੰ ਤੁਣਖਾਵਾ ਟਿਕਾ ਲਾ ਦੂ ਬਥੇਰਾ ਵਕਤ ਭਰੇ ਐ ਵਿਚਾਰੀ ਨੇ ਦਾਈ ਨੇ ਆਖਿਆ ਸਾਸ ਜਿੰਨ ਵਾਂਗ ਬਾਹਰ ਆਈ ਮਰੀ ਵੀ ਕੁੜੀ ਜੰਮੀ ਐ ਉਸ ਨੇ ਸੰਤ ਸਿੰਘ ਨੂੰ ਸੁਣਾ ਕੇ ਕਿਹਾ ਡਾਕਟਰ ਨੇ ਲੰਮਾ ਸਾਹ ਲੈ ਕੇ ਦੁੱਖ ਵਿੱਚ ਨੀਵੀਂ ਸੁੱਟ ਲਈ ਸੰਤ ਸਿੰਘ ਅਹਲ ਬੈਠਾ ਸੀ ਉਸ ਦੇ ਮਨ ਤੇ ਕੋਈ ਅਸਰ ਨਹੀਂ ਹੋਇਆ ਜਾ ਉਹਦੇ ਤੁਣਖਾਵਾ ਦਾ ਸੁਆਲ ਲਵਾ ਦੇ ਪੁੱਤ ਚੇਤਕੌਰ ਨੇ ਡਾਕਟਰ ਨੂੰ ਕਿਹਾ ਤੁਣਖਾਵਾਂ ਦਾ ਸੂਆ ਲਵਾਉਣ ਨੂੰ ਉਹਦੇ ਕਿਹੜਾ ਕਸੀਆ ਵਜਿਆ ਰਹਿਣ ਦੇ ਬਾਧੂ ਖਰਚੇ ਦਾ ਘਰ ਤਾਂ ਤੁ ਖਿਜ ਕੇ ਬੋਲਿਆ ਤੁਣਖਾਵਾਂ ਦਾ ਟੀਕਾ ਮੈਂ ਲਾ ਜਾਣਾ ਬਾਈ ਪੰਜੀ ਨਾ ਦਈ ਤਰਸ ਦੀ ਮੂਰਤ ਬਣਿਆ ਡਾਕਟਰ ਬੋਲਿਆ ਤੇਰੀ ਕਿਹੜੀ ਮਾਸੀ ਗੁਜਰ ਗਈ ਇੰਦਰ ਚੇਤਕੌਰ ਨੇ ਡਾਕਟਰ ਨੂੰ ਪੁੱਛਿਆ ਮੇਰੀ ਤਾਂ ਕੋਈ ਮਾਸੀ ਨਹੀਂ ਗੁਜਰੀ ਤਾਈ ਸਾਰੀਆਂ ਚੜ੍ਹਦੀ ਕਲਾਂਚ ਐ ਡਾਕਟਰ ਨੇ ਕਿਹਾ ਤਤ ਤੁ ਮਾ ਵੱਲ ਪਿਆਸੇ ਕਾਮ ਵੱਲ ਝਾਕਿਆ ਸੰਤ ਨੇ ਗੱਲ ਸੁਣ ਕੇ ਸਿਰ ਉੱਪਰ ਚੁੱਕਿਆ ਤੇ ਉਹ ਫਿਰ ਹੱਥ ਜੋੜ ਕੇ ਬੈਠ ਗਿਆ ਚੇਤਕਾਰ ਦੇ ਮਨ ਤੇ ਕੋਈ ਅਸਰ ਨਾ ਹੋਇਆ ਉਹ ਬੇਬਿਰਕ ਪੁੱਤ ਦੀ ਚਾਲ ਸਮਝ ਗਈ ਸੀ ਡਾਕਟਰ ਨੇ ਇੱਕ ਟਿਕੜ ਤਾਕਤ ਦਾ ਤੇ ਇੱਕ ਤੁਣਖਾਵਾ ਦਾ ਲਾ ਦਿੱਤਾ ਤੇ ਬਿਨਾਂ ਪੈਸੇ ਲਏ ਹੀ ਚਲੇ ਗਿਆ ਬੋਤਲ ਵਿੱਚੋਂ ਰਹਿਂਦੀ ਦਾਰੂ ਤਤੂ ਨੇ ਸੂਤ ਧਰੀ ਰਾਤ ਨੂੰ ਘਰ ਦੇ ਇੱਕ ਪਾਸੇ ਟੋਆ ਪੁੱਟ ਕੇ ਧੀ ਧੀਆਣੀ ਨੂੰ ਦਫਨਾ ਦਿੱਤਾ ਗਿਆ। ਤਾਪਕੌਰ ਨੂੰ ਧੀ ਦਾ ਮੂੰਹ ਤੱਕ ਨਹੀਂ ਸੀ ਵਿਖਾਇਆ। ਉਹ ਸਬਰ ਸੰਤੋਖ ਆਸਰੇ ਕੁੱਟ ਵੱਟੀ ਪਈ ਸੀ। ਤਨ ਦੀ ਕਮਜ਼ੋਰੀ ਕਰਨ ਉਹ ਤੋਂ ਹਿੱਲਿਆ ਨਹੀਂ ਸੀ ਜਾ ਰਿਹਾ। ਉਪਰੋ ਥਲੀ ਤਾਪਕੌਰ ਤਿੰਨ ਵਾਰ ਗਰਵਤੀ ਹੋਈ। ਹਰ ਵਾਰ ਉਸ ਨਾਲ ਉਹੀ ਹੁੰਦਾ ਆ ਰਿਹਾ ਸੀ। ਹਰ ਵਾਰ ਸਾਸ ਉਸ ਨੂੰ ਪੇਕੀ ਨਾ ਜਾਣ ਦੰਦੀ। ਉਹਦਾ ਜਣੇਪਾ ਸੌਰੇ ਹੀ ਹੁੰਦਾ ਤੇ ਬੱਚਾ ਮਰਿਆ ਹੋਇਆ ਜੰਮਦਾ ਤਿੰਨ ਧੀਆਂ ਜੰਮੀਆਂ ਤੇ ਤਿੰਨੇ ਮਰੀਆਂ ਹੋਈਆਂ ਜਗਦੇ ਆਈਆਂ ਜਾਂ ਚੌਥੀ ਵਾਰ ਤਾਪਕੌਰ ਨੂੰ ਬੱਚਾ ਬੱਚੀ ਹੋਣ ਵਾਲਾ ਹੋਇਆ ਤਾਂ ਤਾਪਕੌਰ ਨੇ ਸੰਤ ਨੂੰ ਆਪਣੇ ਮਨ ਦੀ ਖਾਇਸ਼ ਦਸੀ ਮੈਂ ਇਸ ਵਾਰੀ ਬੱਚਾ ਪੇਕੀ ਜੰਮਣਾ ਚਾਹੁੰਨੀ ਆ ਜੇ ਤੂੰ ਮੈਨੂੰ ਪੇਕੀ ਛੱਡਾਵੇਂ ਕਿਸਮਤ ਹਰ ਵਾਰੀ ਆਪਣੇ ਨਾਲ ੱੱਕਾ ਕਰਦੀ ਐ ਕੀ ਐ ਥਾਂ ਬਦਲਣ ਨਾਲ ਆਪਣੇ ਨਿਛਤਰ ਵੀ ਸਿੱਧੇ ਹੋ ਜਾਣ ਰੱਬੀ ਰੂਹ ਸੰਤ ਸਿੰਘ ਨੇ ਫੱਟ ਹਾਂ ਕਰ ਦਿੱਤੀ ਤੇ ਮੋਹ ਹਨੇਰੇ ਸਾਈਕਲ ਤੇ ਚੜ ਕੇ ਤਪਕੌਰ ਨੂੰ ਪੇਕੀ ਛੱਡ ਆਇਆ ਮਾਂ ਤੇ ਤੱਤੂ ਨੇ ਝੱਜੂ ਪਾ ਲਿਆ ਤੂੰ ਸਾਲਿਆ ਮਾਊਂ ਜਿਆ ਕੇ ਰਹੀਂ ਪਟਿਆਲੇ ਵਾਲਾ ਤੁੱਪੂਪਾ ਬਣਿਆ ਫਿਰਦਾ ਬੇਬੀ ਨੂੰ ਤਾਂ ਪੁੱਛ ਲੈਂਦਾ ਤੱਤੂ ਪ੍ਰੇਤ ਵਾਂਗ ਟੱਪਿਆ ਪਰ ਸੰਤ ਸਿੰਘ ਤੇ ਕੋਈ ਅਸਰ ਨਾ ਹੋਇਆ ਉਹ ਆਪਣੇ ਸੁਭਾਅ ਅਨੁਸਾਰ ਮਸਤ ਰਿਹਾ ਤਪਕੌਰ ਦੇ ਮਨ ਦੀ ਮੁਰਾਦ ਪੂਰੀ ਹੋਈ ਉਸਨੇ ਲੋਗੜ ਵਰਗੇ ਮੁੰਡੇ ਨੂੰ ਜਨਮ ਦਿੱਤਾ। ਤਾਪਕੌਰ ਨੇ 10 ਵਾਰ ਧਰਤੀ ਨੂੰ ਨਮਸਕਾਰ ਕੀਤੀ। ਉਹਦਾ ਪਿਆਰ ਦਾ ਨਾਮ ਲੋਟਣ ਰੱਖਿਆ ਗਿਆ। ਜਿਹੋ ਜੀ ਆਪ ਐ, ਇਹੋ ਜਿਹਾ ਮੁੰਡਾ ਜੰਮਿਆ ਹੋਊ। ਖੁਸ਼ੀ ਜਾਂ ਸ਼ਗਨ ਕਰਨ ਦੀ ਬਜਾਏ ਸਾਸ ਨੇ ਖਬਰ ਮਿਲਣ ਤੇ ਧੁੰਦਕ ਵਿੱਚ ਬੁੱਲਟੇਰੇ। ਸ਼ਾਮ ਨੂੰ ਤਤੂ ਦਾਰੂ ਦੀਆਂ ਦੋ ਬੋਤਲਾਂ ਲੈ ਕੇ ਘਰ ਆਇਆ। ਲੈ ਬਈ ਸੰਤ, ਸਾਰੀ ਉਮਰ ਮੈਂ ਤੈਨੂੰ ਸਵਾਲ ਨਹੀਂ ਪਾਇਆ ਪਰ ਅੱਜ ਤੈਨੂੰ ਮੇਰੀ ਗੱਲ ਮੰਨਣੀ ਪਊ। ਛੋਟੇ ਭਾਈ ਬੋਲ ਸੰਤ ਸਹਿਜ ਸੁਭਾਅ ਬੋਲਿਆ ਅੱਜ ਮੈਨੂੰ ਭਤੀਜ ਦੇ ਹੋਏ ਦੀ ਐਨੀ ਖੁਸ਼ੀ ਆ ਸ਼ੇਰ ਖੂਨ ਵੱਧ ਗਿਆ ਮੇਰਾ ਅੱਜ ਮੇਰੇ ਨਾਲ ਨਿੱਕਾ ਵੀਰ ਬਣ ਕੇ ਪੈਗ ਪੀ ਤੈਨੂੰ ਪਤਾ ਬਾਈ ਮੈਂ ਤਾਂ ਕਦੇ ਪੀਤੀ ਨਹੀਂ ਅੱਜ ਪੀ ਫਿਰ ਕਰ ਖੁਸ਼ੀ ਸਾਂਝੀ ਉਸ ਨੇ ਬੋਤਲ ਅੱਗੇ ਰੱਖ ਦਿੱਤੀ ਸੰਤ ਕੁਝ ਨਾ ਬੋਲਿਆ ਆਦਤ ਅਨੁਸਾਰ ਚੁੱਪ ਰਿਹਾ ਆਪਣੇ ਘਰ ਦੀ ਜੜ ਲੱਗੀ ਐ ਲੈ ਖੁਸ਼ੀ ਚ ਚੱਕ ਪੈਗ ਉਸ ਨੇ दारू ਦਾ ਭਰਿਆ ਗਲਾਸ ਸੰਤ ਦੇ ਮੂੰਹ ਨੂੰ ਲਾ ਦਿੱਤਾ ਬਿਨਾ ਕਿਸੇ ਹਿੱਲ ਜੁਲਤ ਦੇ ਸੰਤ ਗਲਾਸ ਖਿੱਚ ਗਿਆ ਕਦੇ दारू ਨਾ ਪੀਤੀ ਹੋਣ ਕਾਰਨ दारू ਨੇ ਉਸ ਨੂੰ ਪੁੱਠਾ ਲਾ ਦਿੱਤਾ ਹੱਥ ਆਉਣ ਨਾਲ ਉਹਦਾ ਸਾਹ ਬੰਦ ਹੋ ਗਿਆ ਸਾਗ ਦਾ ਕੋਲਾ ਉਸ ਨੇ ਸੰਤ ਅੱਗੇ ਕੀਤਾ ਤਾਂ ਸੰਤ ਨੇ ਉਂਗਲ ਨਾਲ ਵਾਵਾ ਸਾਗ ਚਟ ਲਿਆ ਸੰਤ ਨੂੰ ਲੋਰਜੇ ਆਈ ਪਰ ਬੋਲਿਆ ਕੁਝ ਨਹੀਂ ਬਸ ਇੱਕ ਹੋਰ ਕਰਦੇ ਨੇ ਤੱਤੂ ਨੇ ਸੰਤ ਨੂੰ ਪੌਣੀ ਬੋਤਲ ਪਿਆ ਦਿੱਤੀ ਆਖਰੀ ਪੈਗ ਪਿੰਦਾ ਸੰਤ ਉੱਥੇ ਹੀ ਲੁੜਕ ਗਿਆ ਤੱਤੂ ਨੇ ਉਹਦੇ ਸਿਰ ਹੇਠ ਸਰਾਣਾ ਤੇ ਉੱਪਰ ਖੇਸ ਦੇ ਦਿੱਤਾ ਵੇ ਤੱਤੂ ਸੰਤ ਨੂੰ ਵੀ ਰੋਟੀ ਫੜਾ ਦੇ ਪੁੱਤ ਬੇਬੇ ਨੇ ਕਿਹਾ ਉਹ ਅੱਜ ਖੁਸ਼ੀ ਚ ਟੱਲੀ ਐ ਬੇਬੇ ਉਹਨੇ ਨਹੀਂ ਰੋਟੀ ਖਾਣੀ ਦਾਰੂ ਨਾਲ ਬਾਬੂ ਬਣਿਆ ਤੱਤੂ ਰੋਟੀ ਦੀ ਬੁਰਕੀ ਕੋਲੀ ਦੀ ਬਜਾਏ ਮੰਜੇ ਤੇ ਹੀ ਕਸਾਈ ਜਾ ਰਿਹਾ ਸੀ ਅੱਧ ਪਚਾਦ ਰੋਟੀ ਖਾ ਕੇ ਭਾਂਡੇ ਉਸਨੇ ਮੰਜੇ ਹੇਠੇ ਰੱਖ ਦਿੱਤੇ ਤੇ ਪੈਣਸਾਰ ਘਰਾੜੇ ਮਾਰਨ ਲੱਗ ਪਿਆ ਸਵੇਰੇ ਜਦ ਬੇਬੇ ਸੰਤ ਨੂੰ ਚਾਹ ਦਾ ਗਲਾਸ ਦੇਣ ਗਈ ਤਾਂ ਸੰਤ ਦਾ ਮੂੰਹ ਅੱਡਿਆ ਹੋਇਆ ਸੀ ਅੱਖਾਂ ਖੜੀਆਂ ਸਨ ਦੇਖ ਕੇ ਬੇਬੇ ਦੀ ਤਾਂ ਭੂਬੀ ਨਿਕਲ ਗਈ ਤੇ ਉਹਦਾ ਕੀਰਣਾ ਪਿੰਡ ਦੀ ਜੂ ਤੱਕ ਸੁਣਿਆ ਸੀ ਤੂੰ ਜਾ ਕੇ ਤਪਕੌਰ ਨੂੰ ਲਿਆ ਤਪਕੌਰ ਦੇ ਨਾਲ ਪੇਕਿਆਂ ਤੋਂ ਮਕਾਨ ਵੀ ਆਈ ਸੀ ਸੰਤ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ ਜਿਹੜਾ ਥੋੜਾ ਬਹੁਤਾ ਸੁੱਖ ਆਰਾਮ ਤਪਕੌਰ ਦੇ ਕਰਮਾਂ ਵਿੱਚ ਸੀ ਉਹ ਵੀ ਅੱਜ ਸੰਤ ਸਿੰਘ ਦੀ ਚੀਥ ਨਾਲ ਸੜ ਕੇ ਸੁਆਹ ਹੋ ਗਿਆ ਸੀ ਆਸਾਂ ਉਮੀਦਾਂ ਜਨਾਜਾ ਚੁੱਕੀ ਨਵ ਜੰਮੇ ਪੁੱਤਰ ਨੂੰ ਗਲ ਲਾਈ ਉਹ ਘਰ ਆ ਗਈ ਆਪਣਾ ਭਵਿੱਖ ਉਸ ਨੇ ਕੁਛੜ ਚੁੱਕਿਆ ਹੋਇਆ ਸੀ ਦੇਲ ਹੌਲਨਾ ਕਰ ਸਕੀ ਤਪੋ ਹੋਇਆ ਤੇਰਾ ਸ਼ੇਰ ਦਿਨਾਂ ਚ ਜਵਾਨ ਸਾਰੇ ਗਮ ਭੁੱਲ ਜਾਣਗੇ ਤੁਰਦੀ ਮਾਂ ਨੇ ਤਪਕੌਰ ਨੂੰ ਤਲਾਸ਼ਾ ਦਿੱਤਾ ਤਪਕੌਰ ਨਾ ਬੋਲੀ ਸੰਤ ਸਿੰਘ ਤਾਂ ਜੱਗੋ ਕੂਚ ਕਰ ਗਿਆ ਸੀ ਪਰ ਤਾ ਤੂੰ ਨੇ ਹੁਣ ਹੋਰ ਅੱਤ ਚੁੱਕ ਲਈ ਸੀ ਤੇ ਤਪਕੌਰ ਦਾ ਜੀਉਣਾ ਦੁੱਬਰ ਕਰ ਦਿੱਤਾ ਸੀ ਪਰ ਹੁਣ ਸਬਰ ਨੂੰ ਸਿਰੜ ਬਣਾ ਕੇ ਤਪਕੌਰ ਨੇ ਲੱਕ ਬੰਨ ਲਿਆ ਅੰਦਰੋਂ ਕਰੜੀ ਹੋ ਗਈ ਉਸ ਨੂੰ ਪਤਾ ਸੀ ਕਿ ਕਰਾਰੇ ਹੱਥਾਂ ਬਿਨਾਂ ਵੈਰੀ ਨੇ ਵਦਕੀਆਂ ਕਰਨੋਂ ਬਾਜ਼ ਨਹੀਂ ਆਉਣਾ ਕਿਉਂਕਿ ਤੱਤੂ ਹੁਣ ਉਹਦੇ ਨਾਲ ਬਹੁਤਾ ਹੀ ਖੇਖੇ ਲੰਗਣ ਲੱਗ ਪਿਆ ਸੀ ਸ਼ਾਮ ਨੂੰ ਤੱਤੂ ਦੀ ਮਾਸੀ ਨੇ ਗੇੜਾ ਮਾਰਿਆ ਉਹ ਤਪਕੌਰ ਦੇ ਮੁੰਡੇ ਤੇ ਤਪਕੌਰ ਨਾਲ ਬਹੁਤ ਹੀ ਹਮਦਰਦੀ ਜੀ ਦਿਖਾ ਰਹੀ ਸੀ ਰੋਟੀ ਖਾਣ ਤੋਂ ਬਾਅਦ ਮਾਸੀ ਤਪਕੌਰ ਦੇ ਮੁੰਡੇ ਲੋਟਣ ਨੂੰ ਗੋਦੀ ਵਿੱਚ ਲਈ ਬੈਠੀ ਤੱਤੂ ਕਿਸੇ ਗੈਬੀ ਖੁਸ਼ੀ ਵਿੱਚ ਵਾਰ-ਵਾਰ ਤੂੜੀ ਵਾਲੇ ਅੰਦਰ ਜਾ ਕੇ ਰੂੜੀ ਮਾਰਕਾ ਦਾ ਪੈਗ ਚਾੜਦਾ ਸੀ ਪਰ ਅੱਜ दारू ਉਸ ਨੂੰ ਕੋੜੀ ਨਹੀਂ ਸੀ ਲੱਗ ਰਹੀ ਸਗੋਂ ਹੁਲਾਰਾ ਦੇ ਰਹੀ ਸੀ ਤਪਕure ਹਾਂ ਮਾਸੀ ਜੀ ਓਰੇ ਆ ਪੁੱਤ ਬੈਠ ਮੇਰੇ ਕੋਲੇ ਕੋਈ ਕਬੀਲਦਾਰੀ ਦੀ ਗੱਲ ਕਰੀਏ ਮਾਸੀ ਬੋਲੀ ਚਾਰ ਕੁ ਪੰਡੇ ਧੋਣ ਵਾਲੇ ਰਹਿ ਗਏ ਮਾਸੀ ਜੀ ਨਮੇੜ ਕੇ ਆਈ ਨਹੀਂ ਰਾਤ ਨੂੰ ਕੁੱਤੇ ਬਿੱਲੇ ਮੂੰਹ ਪਾਉਣਗੇ ਉਹ ਤਾਂ ਤੂ ਵੱਲ ਚੋਰ ਅਖ ਨਾਲ ਝਾਕ ਕੇ ਬੋਲੀ ਕਰ ਲੈ ਜਿਹੜੇ ਖੇਖਣ ਕਰਨੇ ਆ ਇੱਕ ਨਾ ਇੱਕ ਦਿਨ ਤਾਂ 45 ਹੇਠਾਵੇਂਗੀ ਤਤੂ ਦਾ ਮਨ ਬੋਲਿਆ ਭਾਂਡੇ ਮੈਂ ਧੋ ਲੈਨੀ ਆ ਤਪਕੁਰੇ ਤੂੰ ਸੁਣ ਲੈ ਆਪਦੀ ਮਾਸੀ ਦੀ ਗੱਲ ਕਿੱਡੀ ਦੂਰੋਂ ਚੱਲ ਕੇ ਆਈ ਐ ਸੱਸ ਨੇ ਕਿਹਾ ਪਹਿਲੀ ਵਾਰ ਸੱਸ ਐਨੇ ਨਰਮੇ ਸ਼ਬਦਾਂ ਨਾਲ ਸੰਬੋਧਿਤ ਹੋਈ ਸੀ ਹੈਰਾਨ ਹੋਈ ਤਪਕੁਰ ਤੇ ਤਤੂ ਦੀ ਮਾਸੀ ਦੀ ਪੈਂਦਾ ਕੇ ਬੈਠ ਗਈ ਰੱਬ ਦਾ ਕੀਤਾ ਤਾਂ ਕੋਈ ਨਹੀਂ ਮੋੜ ਸਕਦਾ ਧੀਏ ਮੇਰੀਏ ਡਾਡੇ ਰੱਬ ਅਗੇ ਕਾਦਾ ਜੋਰ ਤਾਕ ਪਰ ਸੁਣ ਰਹੀ ਸੀ ਤੁਰ ਗਿਆ ਦੇ ਨਾਲ ਨਹੀਂ ਮਰਿਆ ਜਾਂਦਾ ਜਿਉਂਦੇ ਜੀਆਂ ਨੂੰ ਵੀ ਅੱਕ ਚੱਬਣੇ ਪੈਂਦੇ ਆ ਦੇਖ ਆਪਣਾ ਲੋਟਣ ਰਤੀ ਭਰ ਦਾ ਜੁਆਕ ਆ ਛੋੜਦੇ ਸਿਰ ਤੋਂ ਬਾਪ ਦੀ ਛਾਂ ਜਾਂਦੀ ਲੱਗੀ ਬਾਪੂ ਤਾਂ ਬੱਚੇ ਦੇ ਸਿਰ ਤੇ ਧੁੱਪ ਨਹੀਂ ਜਰਦਾ ਕੁਝ ਹੋਰ ਨਾਲ ਕੋਲੇ ਹੋਵੇ ਤਾਂ ਹੱਥ ਦੀ ਛਾਂ ਕਰ ਲੈਂਦੇ ਜੇ ਮੇਰੀ ਮੰਨੇ ਤਾਂ ਤ ਤੂੰ ਨੋ ਸਿਰ ਧਰ ਲਾ ਘਰ ਦਾ ਜੀ ਹੈ ਨਾਲੇ ਉਹਦਾ ਘਰ ਵਸ ਜੂ ਤੇ ਨਾਲੇ ਐਸ਼ ਜਵਾਕ ਨੂੰ ਪਿਓ ਦਾ ਸਹਾਰਾ ਮਿਲ ਜੂ ਸੁਣ ਕੇ ਤਪਕੌਰ ਤਾਂ ਸੁੰਨ ਹੋ ਗਈ ਉਸ ਨੂੰ 마ਸੀ ਤੋਂ ਇਹ ਕਦਾਚਿਤ ਆਸ ਨਹੀਂ ਸੀ ਕਿ ਉਹ ਐਡਾ ਮੁੰਗਲਾ ਕੱਠ ਵਿੱਚੋਂ ਕੱਢ ਮਾਰੇਗੀ ਬੋਲ ਪੁੱਤ ਜੇ ਤੀਮੀ ਦਾ ਸਿਰ ਨੰਗਾ ਹੋਵੇ ਤਾਂ ਲੱਲੂ ਪੰਜੂ ਲਾਲਾਂ ਸਿੱਟ ਦੇ ਮਗਰ ਲੱਗ ਤੁਰਦੇ ਆ ਜੇ ਖਾਸਮ ਸਿਰ ਤੇ ਹੋਵੇ ਅਗਲਾ ਡਰ ਮੰਨਦਾ 마ਸੀ ਕੋਟ-ਕੋਟ ਬੋਲ ਰਹੀ ਸੀ ਨਾਲੇ ਤੱਤੂ ਬਗਾਨਾ ਥੋੜੇ ਐ ਆਪਦਾ ਖੂਨ ਐ ਸਿਆਣੇ ਐਵੇਂ ਨਹੀਂ ਆਖਦੇ ਬਈ ਆਪਦਾ ਮਾਰੂਤ ਛਾਵੇਂ ਸਿੱਟੂ ਚੌਂਕੇ ਵਿੱਚੇ ਬੇਬੇ ਭਾਂਡੇ ਸਾਹਮਣੇ ਬੋਲੀ ਮਾਸੀ ਜੀ ਤਪਕੌਰ ਨੇ ਕਾਫੀ ਦੇਰ ਬਾਅਦ ਮੂੰਹ ਖੋਲਿਆ ਜਿਹੜੀ ਚੀਜ਼ ਨੂੰ ਅੱਖਾਂ ਨਹੀਂ ਝੱਲਦੀਆਂ ਉਹਨੂੰ ਜੀਵ ਕੀ ਝੱਲੂ ਮੈਨੂੰ ਸਾਰੀ ਉਮਰ ਰੰਡੇਪਾ ਕੱਟਣਾ ਮਨਜ਼ੂਰ ਐ ਪਰ ਕਿਸੇ ਨੂੰ ਸਿਰ ਨਹੀਂ ਧਰਨਾ ਆਪਣੀਆਂ ਬਣੀਆਂ ਆਪਣੇ ਸਿਰ ਤੇ ਹੀ ਕੱਟੂ ਸੁਣ ਕੇ ਸਭ ਨੂੰ ਸਖਤਾ ਮਾਰ ਗਿਆ ਮੂੰਹ ਸੇ ਉੱਤੇ ਗਏ ਘਰ ਵਿੱਚ ਇੱਕ ਤਰ੍ਹਾਂ ਨਾਲ ਹਾਰ ਬੋਲਣ ਲੱਗ ਪਿਆ ਪਰ ਤਤੂ ਦੇ ਸਿਰ ਵਿੱਚ ਬਿਜਲੀਆਂ ਕਿੜਕੀ ਜਾ ਰਹੀਆਂ ਸੀ ਲੈ ਸਾਲੀ ਕਿਵੇਂ ਨੰਬਰਦਾਰ ਨਹੀਂ ਬਣੀ ਫਿਰਦੀ ਐ ਤਤੂ ਨੇ ਦਿਲਚਸ ਨੂੰ ਗਾਲ ਕੱਢੀ ਮਾਸੀ ਨੂੰ ਕਹਿਣ ਲਈ ਕੁਝ ਵੀ ਬਚਿਆ ਨਹੀਂ ਸੀ ਉਹ ਚੁੱਪ ਕਰ ਗਈ ਸੱਸ ਦੇ ਅੰਦਰੋਂ ਵੀ ਵਟਣੇ ਉੱਠੇ ਅਗਲੇ ਦਿਨ ਬੇਬੇ ਮਾਸੀ ਨੂੰ ਬਸ ਚੜਾਉਣ ਬਸ ੱਡੇ ਨੂੰ ਤੁਰ ਪਈ ਤੇ ਤਾਪ ਘਰ ਮੱਜਾਂ ਨੂੰ ਪੱਠੇ ਪਾ ਰਹੀ ਸੀ ਤਤੂ ਦੀ ਅਜੇ ਰਾਤ ਦੀ ਪੀਤੀ ਉਤਰੀ ਨਹੀਂ ਸੀ ਤੇ ਉਤੋਂ ਉਸਨੇ ਇੱਕ ਪੈਗ ਹੋਰ ਸਵੇਰੇ ਹੀ ਸਿੱਟ ਲਿਆ ਤੇਰੇ ਵਾਲੇ ਖਸਮ ਨੇ दारू ਦੇ ਪੈਗ 'ਚ ਗੋਲੀ ਸਟਿੱਕਣੀ ਦੀ ਨਹੀਂ ਸੀ ਚੱਲੀ ਰਾਤੋਂ ਰਾਤ ਰੰਡੀ ਕਰ ਗਿਆ ਸੀ ਤੈਨੂੰ ਹੁਣ ਕਿਤੇ ਉਹ ਨਾ ਹੋਵੇ ਬਈ ਤੇਰੀ ਆਕੜ ਭੰਨਣ ਖਾਤਰ ਤੇਰਾ ਪੁੱਤ ਵੀ ਗੱਡੀ ਚੜ੍ਹਨਾ ਪਵੇ दारू ਦੇ ਨਸ਼ੇ ਤੇ ਤੱਤੂ ਨੇ ਅਜੀਬ ਆਕਾਸ਼ਵਾਣੀ ਕੀਤੀ ਭਿਆਨਕ ਗੱਲ ਨੇ ਤਪਕੌਰ ਦਾ ਲਹੂ ਪੀ ਲਿਆ ਉਹ ਪਥਰਾਈਆਂ ਅੱਖਾਂ ਨਾਲ ਸਿੱਧੀ ਸਲੋਟ ਤੱਤੂ ਵੱਲ ਝਾਕ ਰਹੀ ਸੀ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਕਿ ਜਾਲਮ ਤੱਤੂ ਨੇ ਸੰਤ ਨੂੰ ਕੁਝ ਦੇ ਕੇ ਮਾਰਿਆ ਹੋਵੇਗਾ ਤਪਕੌਰ ਬਰਸੀਨ ਨਾਲ ਲਿਬੜੇ ਹੱਥੀ ਮੁੰਡੇ ਨੂੰ ਚੁੱਕ ਕੇ ਸਿੱਧੀ ਸਰਪੰਚ ਕੋਲ ਚਲੀ ਗਈ ਸਰਪੰਚਾ ਜੇ ਮੇਰਾ ਧਰਮ ਦਾ ਭਰਾ ਹੈ ਤਾਂ ਮੈਨੂੰ ਅੱਡ ਕਰਵਾ ਦੇ ਅੱਗੇ ਤਾਂ ਤੂੰ ਜਲਾਦ ਨੇ ਮੇਰੇ ਸਿਰ ਦਾ ਸਾਈ ਲੈ ਲਿਆ ਹੁਣ ਕਿਤੇ ਉਹਦੀ ਬੀਮਾਨੀ ਦੀ ਬਿਜਲੀ ਮੇਰੇ ਪੁੱਤ ਤੇ ਨਾ ਡਿੱਗੇ ਸਰਪੰਚ ਨੇ ਸ਼ਾਮ ਤੱਕ ਤਪਕੌਰ ਦਾ ਬਾਪ ਬੁਲਾ ਲਿਆ ਤੇ ਪੰਚਾਇਤ ਇਕੱਠੀ ਕਰਕੇ ਤਪਕੌਰ ਦਾ ਸਮਾਨ ਵੰਡ ਦਿੱਤਾ ਜੇ ਤਪਕੁਰ ਨੂੰ ਤੰਗ ਪਰੇਸ਼ਾਨ ਕੀਤਾ ਤਾਂ ਸੰਤ ਦੇ ਕਤਲ ਦੀ ਰੱਪਟ ਮੈਂ ਥਾਣੇ ਦਊਂਗਾ ਦਫਾ 302 ਦੇ ਤਹਿਤ ਤੈਨੂੰ ਫਾਂਸੀ ਦੀ ਸਜ਼ਾ ਹੋਊਗੀ ਨਹੀਂ ਉਮਰ ਕਹਿਦਾਂ ਵੱਟ ਤੇ ਪਈਆ ਆਪਦਾ ਪੜਿਆ ਵਿਚਾਰ ਲਈ ਸਾਰੀ ਜ਼ਿੰਦਗੀ ਸਿੱਖਾ ਪਿੱਛੇ ਨਿਕਲ ਜੂ ਸੱਚ ਪੁਲਿਸ ਨੇ ਆਪੇ ਕੁੱਟ ਕੇ ਹੱਡਾਂ ਚੋਂ ਕੱਢ ਲੈਣੇ ਤੁਰਦੇ ਧੱਤੂ ਨੂੰ ਸਰਪੰਚ ਨੇ ਅਗਲੇ ਸੱਤ ਤੋਂ ਜਾਣੂ ਕਰਵਾਇਆ ਡਰ ਦੀ ਚਰਨਾਟ ਸਾਰੇ ਸਰੀਰ ਵਿੱਚ ਚੜ ਗਈ ਤੇ ਧੱਤੂ ਨੂੰ ਮੁੜਕਾ ਆ ਗਿਆ ਤਪਕਰ ਨੇ ਕਮਰ ਕੱਸਾ ਕਰਕੇ ਤਪੱਸਿਆ ਵਾਂਗ ਆਪਣਾ ਪੁੱਤਰ ਪਾਲਣਾ ਸ਼ੁਰੂ ਕਰ ਦਿੱਤਾ ਪੇਟ ਬਨ ਕੇ ਆਪਣੀਆਂ ਖਵਾਇਸ਼ਾਂ ਨੂੰ ਜਿੰਦਰਾ ਮਾਰ ਪੁੱਤ ਨੂੰ ਬੀਏ ਕਰਵਾ ਦਿੱਤੀ ਪਰ ਮਾੜੀ ਕਿਸਮਤ ਤਪਕੌਰ ਦੀ ਉਹਦੀ ਤਪੱਸਿਆ ਰਾਸਨਾ ਏ ਉਸਦਾ ਨਲਾਇਕ ਪੁੱਤ ਮਾੜੀ ਸੰਗਤ ਵਿੱਚ ਪੈ ਕੇ ਨਸ਼ਿਆਂ ਤੇ ਲੱਗ ਗਿਆ ਤਪਕੌਰ ਨੇ ਬਥੇਰਾ ਜਾਂਬਾ ਦਾ ਪੇੜ ਕੀਤਾ ਹੱਥ ਜੋੜੇ ਵਾਸਤੇ ਪਾਏ ਪਰ 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 ਨਾਲਾ ਥਾਂ ਦਾ ਥਾਂ ਸਿਰ ਹੀ ਰਿਹਾ ਲੋਟਣ ਦੀਆਂ ਆਦਤਾਂ ਨਾ ਬਦਲੀਆਂ ਸਗੋਂ ਦਿਨ-ਬਦਿਨ ਵਿਗੜਦੀਆਂ ਹੀ ਗਈਆਂ ਉਹ ਆਪਣੀਆਂ ਮਰੀਆਂ ਧੀਆਂ ਨੂੰ ਯਾਦ ਕਰ ਕਰ ਮਨਮਨ ਕੇ ਰੋਂਦੀ ਜਿਹੜੇ ਪੁੱਤ ਨੂੰ ਪਾਣੀ ਦੀ ਜਗ੍ਹਾ ਉਸਨੇ ਖੂਨ ਦੀਆਂ ਘੁੱਟਾਂ ਨਾਲ ਪਾਲਿਆ ਉਹੀ ਉਹਦੀਆਂ ਸਦਰਾਂ ਤੇ ਅਰਮਾਨਾਂ ਨੂੰ ਕੁਚਲਦਾ ਹੋਇਆ ਜ਼ਾਲਮ ਬਣਿਆ ਤੁਰਿਆ ਫਿਰਦਾ ਤੇ ਨਸ਼ੇ ਲਈ ਪੈਸੇ ਮੰਗਦਾ ਤੇ ਪੈਸੇ ਖਾਤਰ ਉਸਦੀ ਧੂਕੜੀਸ ਕਰਦਾ ਪਰ ਲੋਕ ਲਾਜ ਦੇ ਡਰੋਂ ਉਹ ਸਾਰਾ ਦੁਰਵਿਵਾਰ ਛੁਪਾਈ ਰੱਖਦੀ। ਅੱਜ ਤਾਂ ਉਹਦੀ ਜ਼ਿੰਦਗੀ ਦੀ ਅਖੀਰੀ ਹੋ ਗਈ ਸੀ। ਜਦੋਂ ਦਾ ਲਹੂ ਦੀਆਂ ਕੁੱਟਾਂ ਪਿਆ ਪਿਆ ਕੇ ਪਾਲਿਆ लाडला ਪੁੱਤਰ ਨਸ਼ੇ ਲਈ ਉਹਦੀ ਗੁੱਤ ਨੂੰ ਚਿੰਬੜ ਗਿਆ। ਪਹਿਲਾਂ ਥੱਪੜ, ਫਿਰ ਮੁੱਕੇ ਤੇ ਫਿਰ ਲੱਤਾਂ ਨਾਲ ਕੁੱਟਣ ਡੈ ਪਿਆ। ਮੇਤੋਂ ਪੈਸੇ ਲੁਕੋਗੇ ਕਿਹੜੇ ਯਾਰ ਦੀਆਂ ਰੀਜਾਂ ਪੂਰੀਆਂ ਕਰਦੀਆਂ? ਉਹਨੇ ਮੋੜ ਥੱਪਣਾ ਤੇ ਮੁੱਕੀਆਂ ਦਾ ਮੀਂਹ ਵਰਾ ਦਿੱਤਾ। ਉਤ ਦੇ ਬੋਲਾਂ ਦਾ ਅਗਨ ਬਾਣ ਤਾਪਕੌਰ ਦੀ ਰੂਹ ਝੋਲਸ ਗਿਆ ਸੀ ਤੇ ਉਹਦੀ ਜ਼ਿੰਦਗੀ ਦੀਆਂ ਪੱਤیاں ਮੱਟ ਸੜ ਗਈਆਂ ਧਰਤੀ ਤੇ ਪਈ ਤਾਪਕੌਰ ਜਾਰੋ-ਜਾਰ ਰੋਹੀ ਜਾ ਰਹੀ ਸੀ ਤੇ ਉਹਦੇ ਹੰਝੂ ਟ੍ਰਿਪ-ਟ੍ਰਿਪ ਕੰਨਾਂ ਤੇ ਡੁੱਲੀ ਜਾ ਰਹੇ ਸੀ ਸਾਰਾ ਦਿਨ ਉਹ ਹਾਲੋ ਬੇਹਾਲ ਰੋਂਦੀ ਰਹੀ ਉਹਦੀ ਰੂਹ ਵਹਿਰਾਨ ਹੋਈ ਪਈ ਸੀ ਅਖੀਰ ਦਿਨ ਡੁੱਬਦੇ ਨਾਲ ਉਸਨੇ ਸੰਦੂਕ ਦੇ ਉੱਪਰ ਬਨ ਕੇ ਰੱਖੇ 20 ਰੁਪਏ ਚੁੱਕੇ ਤੇ ਨਾਲ ਦੇ ਪਿੰਡ ਦੇ ਬੱਸ ਅੱਡੇ ਨੂੰ ਤੁਰ ਪਈ। ਉਹਦਾ ਜੀ ਪੁੱਛਿਆ ਹੀ ਜਾਣਦਾ ਸੀ। ਉਹ ਸੁੱਕੇ ਖੂਹ ਦੀ ਮੌਣ ਵਾਂਗ ਸੁੰਨ ਮਸਾਂਣ ਤੇ ਉਜੜੀ-ਉਜੜੀ ਸੀ। ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀਆਂ ਤੁਹਾਨੂੰ ਪਸੰਦ ਆਈ ਹੋਵੇਗੀ ਜੀ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਪੰਜਾਬੀ ਆਵਾਜ਼ ਕਹਾਣੀਆਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ।